24 ਸਾਲ ਬੱਚੀ ਹੈ 24 ਕੀ ਹੋ ਰਿਹਾ ਇਹ ਮੈਨੂੰ ਇਹ ਨਹੀਂ ਸਭ ਪਤਾ ਲੱਗ ਰਿਹਾ ਪੰਜਾਬ 'ਚ ਕੀ ਕਰ ਕੀ ਰਹੀ ਹੈ ਪੁਲਿਸ ਮਾਰੇ ਰਿਪੋਰਟ ਹੈ ਬੱਚਿਆਂ ਦੇ ਕਿਉਂ ਨਹੀਂ ਲਿਖ ਰਹੇ ਕੱਲ੍ਹ 5 ਬੰਦੇ ਆਏ ਰਾਤੀ 10 ਵਜੇ 10 ਬੰਦੇ ਹੋਰ ਸਵੇਰੇ 5 ਬੰਦੇ ਹੋਰ ਹੌਲੀ ਹੌਲੀ ਕਰਕੇ ਬੱਸ 'ਚ ਵਿਚਾਰੇ ਆ ਜੀ ਕੋਈ ਕਿਸੇ ਕੋਲ ਬੱਸ ਹੈ ਕਿਸੇ ਕੋਲ ਸਕੂਟਰ ਹੈ ਕਿਸੇ ਕੋਲ ਕਾਰ ਹੈ ਉਹ ਵਿਚਾਰੇ ਅੱਜ ਬੰਦੇ 50 ਹੋ ਗਏ ਜੀ 100 ਹੋ ਗਏ ਜੀ ਇਹ ਪਤਾ ਨਹੀਂ ਕੀ ਇੰਤਜ਼ਾਰ ਕਰ ਰਹੇ ਕਿ ਇੰਨੇ ਇੱਥੇ 10,000 ਬੰਦਾ ਇਕੱਠਾ ਹੋਊਗਾ ਤਾਂ ਅਸੀਂ ਰਿਪੋਰਟ ਦੇਖਾਂਗੇ ਕਿਉਂ ਬੀਨਾ ਮੇਰੀ ਬੇਟੀ ਖਤਮ ਹੋ ਗਈ ਮੇਰੇ ਬੱਚੇ ਕੋ ਮਾਰ ਦਿਆ ਇਨ ਲੋਗੋ ਨੇ ਇਨ ਲੋਗੋ ਕੇ ਈਗੋ ਨੇ ਮੇਰੇ ਬੱਚੇ ਕੋ ਮਾਰਾ ਫਿਰ ਉਹਨੇ ਮੇਰੇ ਬੱਚੇ ਕੋ ਫਾਂਸੀ ਲਟਕਾ ਦਿਆ ਚੰਡੀਗੜ੍ਹ ਚੰਡੀਗੜ੍ਹ ਸੇ ਮੇਰੇ ਬੱਚੇ ਕੀ ਸ਼ਾਦੀ ਕਰੀ ਤੀ ਜਮਾਲਪੁਰ ਹਮੇ ਪੜੋਸ ਕੇ ਜਿਸਨੇ ਰਿਸ਼ਤਾ ਕਰਾਇਆ ਥਾ ਉਸਸੇ ਪਤਾ ਲਗਾ ਇਹਨੋਨੇ ਹਮੇ ਫੋਨ ਨਹੀਂ ਕਰਾ ਕੁਛ ਵੀ ਕਿ ਐਸੇ ਐਸੇ ਬਾਤ ਹੋ ਗਈ ਇਹਨੋਨੇ ਇੱਕ ਬਾਰ ਨਹੀਂ ਬਤਾਇਆ ਔਰ ਹਮੇ 10:30 ਵਜੇ ਫੋਨ ਕਰਕੇ ਬਤਾ ਰਹੇ ਉਸਸੇ ਪਹਿਲੇ ਇਹਨੋਨੇ ਸਾਰੇ ਲੜਕੇ ਕਾ ਸਾਰਾ ਕਮਰਾ ਸਾਫ਼ ਕਰ ਦਿਆ ਪੁਲਿਸ ਵਾਲੋ ਕੋ ਵੀ ਨਹੀਂ ਬੁਲਾਇਆ ਇਹਨੋਨੇ ਪੁਲਿਸ ਵਾਲੀ ਪੁਲਿਸ ਤੋਂ ਬਹੁਤ ਲੇਟ ਪਹੁੰਚੀ ਹੈ ਪੁਲਿਸ ਬਹੁਤ ਲੇਟ ਪਹੁੰਚੀ ਪੁਲਿਸ ਇੱਕ ਸਾਲ 10 ਮਹੀਨੇ ਹੋ ਗਏ ਇਨਕੇ ਰੋਜ਼ ਕੇ ਲੜਾਈ ਝਗੜੇ ਲੜਕੇ ਕਾ ਫੇਰ ਚਲਤਾ ਥਾ ਕਹੀਂ ਔਰ ਉਸਕੀ ਵਜ੍ਹਾ ਸੇ ਲੜਕੀ ਨੇ ਐਸਾ ਕਦਮ ਉਠਾਇਆ ਇਸਕੇ ਸਾਸ ਸਸੁਰ ਵੀ ਬੜਾ ਪਰੇਸ਼ਾਨ ਕਰਤੇ ਥੇ ਛੋਟੀ ਛੋਟੀ ਚੀਜ਼ੋ ਪੇ ਤਾਨੇ ਮਾਰਨਾ ਬਹੁਤ ਉਸਕਾ ਸਸੁਰ ਬਹੁਤ ਪਰੇਸ਼ਾਨ ਕਰ ਰਹਾ ਥਾ ਉਸਕੋ ਉਸਕਾ ਸਸੁਰ ਉਲਟੀ ਸਿੱਧੀ ਬਾਤ ਬੋਲ ਰਹੇ ਥੇ ਮੇਰੇ ਬੱਚੇ ਕੋ ਐਸੇ ਕਹਤੇ ਤੂੰ ਨੰਗੀ ਹੋ ਕੇ ਬਾਹਰ ਨਾਚ ਲੇ ਐਸੇ ਐਸੇ ਬੋਲਣੇ ਲੱਗਿਆ ਤਾਂ ਉਸਕਾ ਸਸੁਰ ਮੇਰੀ ਬੱਚੀ ਕੋ ਅਗਰ ਉਹ ਕੋਈ ਡਿਮਾਂਡ ਕਰਤੀ ਤੀ ਜਾਂ ਕੁਛ ਕਰਤੀ ਤੀ ਮੇਰੇ ਬੱਚੇ ਜਿਮ ਜਾਤੀ ਤੀ ਉਸੇ ਵੀ ਪ੍ਰੋਬਲਮ ਹੋ ਗਈ ਇਨਕੋ ਕਿ ਜਿਮ ਕਿਉਂ ਜਾ ਰਹੀ ਹੈ ਮੇਰੇ ਬੱਚੇ ਕੋ ਪ੍ਰੋਬਲਮ ਤੀ ਤਭੀ ਉਹ ਜਿਮ ਜਾਤੀ ਤੀ ਕਿ ਮੰਮੀ ਮੈਂ ਥੋੜ੍ਹਾ ਮੈਂਟਲੀ ਡਿਸਟਰਬ ਬਹੁਤ ਹੂੰ ਮੰਮੀ ਮੇਰਾ ਥੋੜ੍ਹਾ ਮਨ ਲਗਾ ਰਹਿਤਾ ਹੈ ਉਸੇ ਵੀ ਇਨ ਲੋਗੋ ਕੋ ਦਿੱਕਤ ਹੋ ਗਈ ਐਕਸ਼ਨ ਨਹੀਂ ਲੈ ਰਹੀ ਪੁਲਿਸ ਤੋਂ ਕੁਛ ਵੀ ਐਕਸ਼ਨ ਨਹੀਂ ਲੈ ਰਹੀ ਕੱਲ੍ਹ ਸੇ ਭਟਕ ਰਹੇ ਆ ਹਮ ਕੱਲ੍ਹ ਸੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕਰੀ ਕੱਲ੍ਹ ਸੇ ਹਮਾਰੀ ਕੋਈ ਰਿਪੋਰਟ ਨਹੀਂ ਲਿਖੀ ਕੱਲ੍ਹ ਸੇ ਇਹਨਾਂ ਨੇ ਕੋਈ ਰਿਪੋਰਟ ਨਹੀਂ ਲਿਖੀ ਅਬ ਰਿਪੋਰਟ ਲਿਖੀ ਇਹਨਾਂ ਨੇ ਬੜੀ ਮੁਸ਼ਕਿਲ ਸੇ ਲਿਖੀ ਅਬ ਕੱਲ੍ਹ ਕੇ ਦਿਨ ਮਾਮਲਾ ਯਹੀ ਹੋਇਆ ਜੀ ਹਮਾਰੀ ਲੜਕੀ ਕੋ ਉਹਨਾਂ ਨੇ ਜਾਨ ਸੇ ਮਾਰਾ ਫਾਂਸੀ ਪੇ ਲਟਕਾ ਕੇ ਔਰ ਕੱਲ੍ਹ ਸੇ ਹਮਾਰੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਨਾ ਇਨਕੇ ਘਰ ਵਾਲੋ ਕੋ ਅਭੀ ਤੱਕ ਯਹਾਂ ਥਾਣੇ ਮੇਂ ਬੁਲਾਇਆ ਗਿਆ ਨਾ ਥਾ ਘਰ ਸੇ ਕੋਈ ਆ ਰਹਾ ਹੈ ਉਨਕੇ ਉਨਕੋ ਅਰੈਸਟ ਕਰਵਾਓ ਉਨਕੋ ਇਹਨਾਂ ਮੇਂ ਇਨਸਾਫ ਚਾਹੀਏ ਸਾਰੇ ਜੇਲ ਮੇਂ ਸੜੇ ਬਸ ਪੜ ਕੇ ਜੈਸੇ ਮੇਰੀ ਬੱਚੀ ਸੜੀ ਹੈ ਨਾ ਵੋ ਉਸਕਾ ਲਿਖਾ ਹੁਆ ਨਹੀਂ ਹੈ ਵੋ ਇਹਨਾਂ ਆਪਣੀ ਤਰਫ ਸੇ ਲਿਖਾ ਹੈ ਵੋ ਇਹਨਾਂ ਨੇ ਛੁਪਾ ਦੀ ਪੁਲਿਸ ਕੇ ਆਣੇ ਸੇ ਪਹਿਲੇ ਤੋਂ ਉਹਨਾਂ ਨੇ ਸਾਰੇ ਸਬੂਤ ਮਿਟਾ ਦਿਏ ਥੇ ਪੁਲਿਸ ਕੋ ਜਬ ਮੇਰੇ ਬੱਚੇ ਨੇ ਲਗਾਈ ਫਾਂਸੀ ਤੋ ਫਰਜ਼ ਪੁਲਿਸ ਕੋ ਬੁਲਾਣੇ ਕਾ ਪੜਤਾ ਥਾ ਸਬਸੇ ਪਹਿਲੇ ਇਹਨਾਂ ਨੇ ਖੁਦ ਉਤਾਰ ਕੇ ਹੋਸਪਿਟਲ ਮੇਂ ਡਾਲਾ ਪੁਲਿਸ ਕੋ ਇਹਨਾਂ ਨੇ ਕਨਫਰਮ ਹੀ ਨਹੀਂ ਕੀਆ ਬਈਏ ਇੱਧਰ ਆਪਣਾ ਮੇਰੇ ਕੋਲ ਕੱਲ੍ਹ ਕੋਲ ਆਈ ਅਤੇ ਕੱਲ੍ਹ ਤਾਂ ਮੈਂ ਆਊਟ ਆਫ ਸਟੇਸ਼ਨ ਰਾਤੀ ਆਏ 1:30 ਵਜੇ ਮਣੀ ਮਹੇਸ਼ ਤੋਂ ਮੱਥਾ ਟੇਕ ਕੇ ਆਏ ਹਾਂ
ਅੱਜ ਸਵੇਰੇ ਮੇਰੇ ਰਿਐਲਟਿਵ 'ਚ ਮਾਮਾ ਜੀ ਲੱਗਦੇ ਨੇ, ਉਹਨਾਂ ਦੇ ਯਾਨੀ ਮਤਲਬ ਯਾਨੀ ਬੇਟਾ ਜਿੱਥੇ ਵਿਆਹ ਆ ਉਹਨਾਂ ਦੀ ਯਾਨੀ ਮਤਲਬ ਸਿਸਟਰ ਇਨ ਲਾ ਸਾਲੀ ਸਾਹਿਬ ਹੈਗੀ ਆ, ਜਿਨ੍ਹਾਂ ਨੂੰ ਯਾਨੀ ਕੱਲ੍ਹ ਯਾਨੀ ਲਟਕਾਇਆ ਗਿਆ ਫਾਹੇ 'ਤੇ ਲਟਕਾਇਆ ਗਿਆ ਜਾਂ ਫਿਰ ਉਹਨੂੰ ਮਜਬੂਰ ਕੀਤਾ ਗਿਆ। ਇਹ ਚੀਜ਼ ਦਾ ਯਾਨੀ ਸੱਚ ਦਾ ਸੱਚ ਯਾਨੀ ਮੂਹਰੇ ਆਉਣਾ ਚਾਹੀਦਾ। ਅਸੀਂ ਕਹਿੰਦੇ ਕਿ ਯਾਨੀ ਮਤਲਬ ਸੱਚ ਯਾਨੀ ਜਿੱਤੇ, ਝੂਠ ਹਾਰੇ। ਝੂਠ ਦਾ ਯਾਨੀ ਕੋਈ ਸਾਥ ਨਾ ਹੋਵੇ, ਕੱਲ੍ਹ ਨੂੰ ਧੀਆਂ ਭੈਣਾਂ ਸਭ ਦੇ ਸਾਂਝੀ ਹੈ। ਅੱਜ ਕਿਸੇ ਦੀ ਧੀ ਭੈਣ ਨੂੰ ਅਸੀਂ ਮਾਰਾਂਗੇ ਰੱਬ ਦੇਖਦਾ ਹੈ, ਅੱਜ ਤਾਂ ਤੁਸੀਂ ਯਾਨੀ ਪੈਸਿਆਂ ਦੇ ਰਸੂਖ 'ਤੇ ਬਚ ਜਾਓਗੇ, ਪਰ ਲੇਕਿਨ ਨਹੀਂ, ਇਹ ਆਪਾਂ ਕਹਿੰਦੇ ਕਿ ਯਾਨੀ ਇਸ ਰਸੂਖ 'ਤੇ ਬਚਣਾ ਨਹੀਂ ਚਾਹੀਦਾ। ਜੋ ਜਿਹਨੇ ਯਾਨੀ ਜਿਹੜਾ ਗੁਨਾਹਗਾਰ ਹੈ ਉਸ ਮੂਹਰੇ ਆਉਣਾ ਚਾਹੀਦਾ। 1.5 ਸਾਲ ਤੋਂ ਯਾਨੀ ਕੁੜੀ ਬਹੁਤ ਤੰਗ ਸੀ ਭਾਈ ਜੀ, ਪੁਲਿਸ ਬਿਲਕੁਲ ਨਹੀਂ ਕਰ ਰਹੀ ਸੀ ਜੀ, ਪੁਲਿਸ ਤਾਂ ਸੋਚ ਹੀ ਨਹੀਂ, ਪੁਲਿਸ ਨੂੰ ਤਾਂ ਯਾਨੀ ਮਹਾਰਾਜ ਪੁਲਿਸ ਕਿਉਂ ਕਰੇਗੀ, ਪੁਲਿਸ ਨੂੰ ਉਹਨੂੰ ਪਤਾ ਕੋਈ ਮੀਡੀਆ ਨਹੀਂ, ਕੋਈ ਕੁਛ ਨਹੀਂ ਇੱਥੇ, ਕੋਈ ਜਦੋਂ ਮੀਡੀਆ ਆਈ ਹੈ ਤਾਂ ਜਾ ਕੇ ਯਾਨੀ ਪੁਲਿਸ ਨੇ ਯਾਨੀ ਉਹ ਕੀਤਾ ਜੀ। ਉਹ ਵੀ ਕੱਚੀ ਲਿਖੀ ਹੈ ਜੀ, ਪੱਕੀ ਨਹੀਂ ਲਿਖੀ। ਪਰਿਵਾਰ ਤਾਂ ਮੰਗ ਕਰ ਇਹੀ ਕਰ ਰਹੇ ਜੀ ਵੀ ਸੱਚ ਅੱਗੇ ਆਵੇ, ਮੂਹਰੇ ਆਵੇ, ਸਾਰੇ ਅਰੈਸਟ ਹੋਣ। ਹਾਂ ਬਸ ਸਾਡੀ ਤਾਂ ਇਹੀ ਦਰਖਾਸਤ ਹੈ। ਪੁਲਿਸ ਕਿਉਂ ਨਹੀਂ ਲਿਖ ਰਹੀ ਵਾ, ਇਹ ਕੱਲ੍ਹ ਦਾ ਮਾਮਲਾ ਹੈ, ਕੱਲ੍ਹ ਦੀ ਫਾਹੇ 'ਚ ਲਟਕਾਇਆ ਕੁੜੀ ਨੂੰ ਜਾਂ ਲਟਕੀ ਆ, ਜਿੱਦਾਂ ਵੀ ਹੈਗਾ, ਕੀ ਗੱਲ ਹੈ ਕਿ ਯਾਨੀ ਹੁਣ ਡੈੱਡ ਬੋਡੀ ਨੂੰ ਲਾਣ ਨਹੀਂ ਗਏ ਉੱਥੇ? ਵਾ ਇਹ ਕੀ ਮਸਲਾ ਹੈ ਕਿ ਇਹਦਾ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਇਹ? ਮੈਨੂੰ ਇਹ ਨਹੀਂ ਸਭ ਪਤਾ ਲੱਗ ਰਿਹਾ ਪੰਜਾਬ 'ਚ ਕੀ ਕਰ ਕੀ ਰਹੀ ਹੈ ਪੁਲਿਸ। ਮਾਰੇ ਰਿਪੋਰਟ ਹੈ ਬੱਚਿਆਂ ਦੇ, ਕਿਉਂ ਨਹੀਂ ਲਿਖ ਰਹੇ? ਕੱਲ੍ਹ 5 ਬੰਦੇ ਆਏ ਰਾਤੀ 10 ਵਜੇ, 10 ਬੰਦੇ ਹੋਰ ਸਵੇਰੇ, 5 ਬੰਦੇ ਹੋਰ, ਹੌਲੀ ਹੌਲੀ ਕਰਕੇ ਬੱਸ 'ਚ ਵਿਚਾਰੇ ਯਾਨੀ ਕੋਈ, ਕਿਸੇ ਕੋਲ ਬੱਸ ਹੈ, ਕਿਸੇ ਕੋਲ ਸਕੂਟਰ ਹੈ, ਕਿਸੇ ਕੋਲ ਕਾਰ ਹੈ, ਉਹ ਵਿਚਾਰੇ ਅੱਜ ਬੰਦੇ 50 ਹੋ ਗਏ ਜੀ, 100 ਹੋ ਗਏ ਜੀ, ਇਹ ਪਤਾ ਨਹੀਂ ਕੀ ਇੰਤਜ਼ਾਰ ਕਰ ਰਹੇ ਕਿ ਯਾਨੀ ਇੱਥੇ 10,000 ਬੰਦਾ ਇਕੱਠਾ ਹੋਊਗਾ ਤਾਂ ਅਸੀਂ ਰਿਪੋਰਟ ਲਿਖਾਂਗੇ। ਕਿਉਂ ਨਹੀਂ ਲਿਖੀ ਜਾ ਰਹੀ? ਅਸੀਂ ਪ੍ਰਸ਼ਾਸਨ ਤੋਂ ਇਹੀ ਕਹਿ ਰਹੇ ਹਾਂ, ਰਿਪੋਰਟ ਕਿਉਂ ਨਹੀਂ ਲਿਖ ਰਹੇ? ਔਰ ਜੇ ਲਿਖ ਰਹੇ ਤਾਂ ਇੱਕ ਕੱਚੀ ਜੀ ਯਾਨੀ ਸਿੰਪਲ ਕਿਉਂ ਲਿਖ ਰਹੇ ਹਾਂ? ਪੱਕੀ ਕਿਉਂ ਨਹੀਂ ਰਿਪੋਰਟ ਲਿਖੀ ਜਾ ਰਹੀ? ਅਸੀਂ ਇਹੀ ਮੰਗੇ ਜੀ, ਬਸ ਸਾਨੂੰ ਇਨਸਾਫ ਹੋ। ਸਰ ਇੱਕ ਲੜਕੀ ਨੇ ਜਿਹੜਾ ਸੁਸਾਈਡ ਕੀਤਾ ਹੈਗਾ, ਕੀ ਮਾਮਲਾ ਸਾਹਮਣੇ ਆਇਆ? ਲੜਕੀ ਦਾ ਨਾਮ ਸੀਗਾ ਅੰਜਲੀ ਉਰਫ ਅਵਨੀ। ਇਹ ਕਰੀਬ 2 ਸਾਲ 22 ਮਹੀਨੇ ਪਹਿਲਾਂ ਇੱਥੇ ਵਿਆਹੀ ਸੀਗੀ ਰਿਸ਼ੂ ਗਰਗ ਦੇ ਨਾਲ, HE 72 ਜਮਾਲਪੁਰ ਕਲੋਨੀ ਦੇ ਵਿੱਚ। ਅਤੇ ਕੱਲ੍ਹ ਉਹਨੇ ਸਵੇਰੇ ਪੱਖੇ ਨਾਲ ਫਾਹਾ ਲੈ ਕੇ ਸੁਸਾਈਡ ਕਰ ਲਿਆ। ਸਾਨੂੰ ਇਹਦੀ 2 ਵਜੇ ਇਤਲਾਹ ਮਿਲੀ ਸੀ, ਜਿਹੜੀ ਡੈੱਡ ਬੋਡੀ ਆ ਉਹ ਉਤਾਰ ਕੇ ਮਤਲਬ ਫੋਰਟੀ ਹਸਪਤਾਲ ਲੈ ਗਈ ਹੈ। ਫੋਰਟੀ ਹਸਪਤਾਲ ਅਸੀਂ ਪਹੁੰਚੇ, ਉੱਥੇ ਡਾਕਟਰਾਂ ਨੇ ਮਤਲਬ ਦੱਸਤਾ ਵੀ ਡੈੱਡ ਬੋਡੀ ਰਿਲੀਜ਼ ਕਰਾ ਕੇ ਸਿਵਲ ਹਸਪਤਾਲ ਦੀ ਮੋਰਚੀ ਵਿੱਚ ਰਖਾ ਦਿੱਤੀ ਗਈ ਆ। ਅਤੇ ਅੱਜ ਅਸੀਂ ਇਹਦੇ ਸੰਬੰਧ 'ਚ ਜੇਲ੍ਹ ਧਾਰਾ 194 BNSS ਜਿਹਨੂੰ ਪਹਿਲਾਂ 174 ਦੀ ਕਾਰਵਾਈ ਕਹਿੰਦੇ ਸੀ ਉਹ ਅਮਲ ਵਿੱਚ ਲਿਆ ਰਹੇ ਹਾਂ। ਉਸ ਤੋਂ ਬਾਅਦ ਜੋ ਵੀ ਮੈਡੀਕਲ ਰਿਪੋਰਟ ਦੇ ਵਿੱਚ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਊਗਾ ਉਹਦੇ ਹਿਸਾਬ ਨਾਲ ਅੱਗੇ ਜੋ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਉਹ ਉਹਨਾਂ ਦੇ ਖਿਲਾਫ਼ ਕੀਤੀ ਜਾਊਗੀ। ਠੀਕ ਹੈ, ਥੈਂਕ